ਨਵੀਂ ਸਰਕਾਰ ਗਲੀ ਚ ਖੜੇ ਗੰਦੇ ਪਾਣੀ ਚ ਪਿੰਡ ਵਾਲਿਆਂ ਨੇ ਲਗਾਤਾਰ ਝੋਨਾ। ਆ ਵੇਖੋ ਕਿਵੇਂ ਅਨੋਖੇ ਢੰਗ ਨਾਲ ਕਰ ਰਹੇ ਪ੍ਰਦਰਸ਼ਨ। ਤਾਂ ਦੱਸ ਦੇ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਖੜ ਜਾਂਦਾ ਹੈ। ਤਾਂ ਪ੍ਰਸ਼ਾਸਨ ਦੇ ਵੱਲੋਂ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਅੱਕ ਕੇ ਗੰਦੇ ਪਾਣੀ 'ਚ ਹੀ ਝੋਨਾ ਲਗਾ ਦਿੱਤਾ ਅਤੇ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ। ਤਾਂ ਇਹ ਵੀਡੀਓ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਦੇ ਵਿੱਚ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਉਹਨਾਂ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ, ਜਿਸ ਦੇ ਉੱਤੇ ਕਿਸੇ ਵੀ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਅਤੇ ਨਾ ਹੀ ਇਸਦਾ ਹੱਲ ਕੱਢਿਆ ਜਾ ਰਿਹਾ। ਤਾਂ ਉਹਨਾਂ ਦੱਸਿਆ ਕਿ ਫਿਰਨੀ ਦੇ ਵਿੱਚ ਇਹ ਗੰਦਾ ਪਾਣੀ ਖੜ੍ਹਾ ਹੋ ਗਿਆ ਅਤੇ ਹੁਣ ਅਸੀਂ ਇਸ ਦੇ ਵਿੱਚ ਝੋਨੇ ਦੀ ਬਿਜਾਈ ਕਰ ਰਹੇ ਹਾਂ। ਤਾਂ ਇਸ ਫਸਲ ਤੋਂ ਜੋ ਵੀ ਪੈਸਾ ਆਵੇਗਾ ਉਸ ਦੇ ਨਾਲ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਸਕੂਲਾਂ ਕਾਲਜ ਬਣਾਉਣ ਦੀ ਗੱਲ ਕਰਦੀ ਹੈ, ਪਰ ਹਾਲੇ ਤੱਕ ਗਲੀਆਂ ਅਤੇ ਨਾਲੀਆਂ ਦੇ ਵਿੱਚ ਪਾਣੀ ਦੀ ਸਮੱਸਿਆ ਦੂਰ ਨਹੀਂ ਕਰ ਪਾਈ। ਉਹਨਾਂ ਕਿਹਾ ਕਿ 25 ਤੋਂ 30 ਸਾਲ ਬੀਤ ਗਏ ਪਰ ਗੰਦੇ ਪਾਣੀ ਦੀ ਸਮੱਸਿਆ ਉਵੇਂ ਦੀ ਉਵੇਂ ਹੈ ਅਤੇ ਗੰਦੇ ਪਾਣੀ ਦੀ ਕੋਈ ਵੀ ਨਿਕਾਸੀ ਹਾਲੇ ਤੱਕ ਨਹੀਂ ਹੋਈ, ਜਿਸ ਕਾਰਨ ਪਿੰਡ ਵਾਲਿਆਂ ਨੂੰ ਪਰੇਸ਼ਾਨੀ ਆ ਰਹੀ ਹੈ। ਤਾਂ ਹੁਣ ਉਹਨਾਂ ਨੇ ਇਸ ਗੰਦੇ ਪਾਣੀ ਦੇ ਵਿੱਚ ਝੋਨਾ ਲਗਾਇਆ, ਤਾਂ ਇਸ ਤੋਂ ਜੋ ਵੀ ਪੈਸਾ ਹੋਵੇਗਾ ਇਸ ਫਿਰਨੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਅਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇੱਥੇ ਸਾਰੀਆਂ ਸਰਕਾਰਾਂ ਹੀ ਇਸ ਪਿੰਡ 'ਚੋਂ ਵੋਟਾਂ ਲੈਣ ਵੇਲੇ ਵੀ ਆਈਆਂ ਸੀ, ਉਦੋਂ ਵੀ ਇਹ ਵੇਖ ਕੇ ਗਈਆਂ, ਵੋਟਾਂ ਲੈ ਵੀ ਗਈਆਂ, ਜਿਹੜੀ ਵੋਟ ਆਉਂਦੀਆਂ ਸਾਨੂੰ ਲਾਰੇ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ, ਪਰ ਜਿਹੜੀ ਇਹ ਫਿਰਨੀ ਦਾ ਹੱਲ ਕਿਸੇ ਨੇ ਨਹੀਂ ਕੀਤਾ। ਆ ਝੋਨਾ ਕਿਉਂ ਲਾਉਣ ਜਾ ਰਿਹਾ? ਵੀ ਚਲੋ ਸੁਣਿਆ ਝੋਨੇ ਦਾ ਭਾਅ ਐਤਕੀ ਮਿਲ ਰਿਹਾ ਕਿਸਾਨਾਂ ਨੂੰ, ਅਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਛ ਕਰਨਾ ਨਹੀਂ, ਅਤੇ ਅਸੀਂ ਇਹ ਝੋਨੇ ਤੋਂ ਪੈਸੇ ਵੱਟ ਕੇ ਇਹ ਸੜਕ ਬਣਾ ਲਾਂਗੇ। ਇਹ ਹਾਲਾਤ ਨੇ ਸਾਡੇ ਪਿੰਡ 'ਚ, ਪੰਜਾਬ ਇਹ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰਨੀ ਉੱਚੀ ਕਰੋ ਅਤੇ ਪਿੰਡ ਨੀਵਾਂ ਕਰ ਦਿੰਦੇ ਆ, ਅਤੇ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨੀਵੀਂ ਹੋ ਜਾਂਦੀ ਆ। ਪਿਛਲੇ 30 ਸਾਲਾਂ ਤੋਂ ਜੋ ਮੇਰੀ 30 ਸਾਲ ਉਮਰ ਆ ਮੈਂ ਤਾਂ ਇਹੀ ਵੇਖਦਾ ਆਇਆ ਵੀ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤਾਂ ਫਿਰਨੀ ਨੀਵੀਂ, ਜੇ ਫਿਰਨੀ ਉੱਚੀ ਕਰਤੀ ਤਾਂ ਪਿੰਡ ਨੀਵਾਂ। ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਦੋਂ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ, ਜੇ ਸੜਕ ਉੱਚੀ ਕਰ ਦਿਉ ਫਿਰ ਘਰ ਨੀਵੇਂ ਰਹਿ ਜਾਂਦੇ, ਫਿਰ ਲੋਕ ਘਰ ਉੱਚਾ ਪਾਉਣ ਲੱਗ ਪੈਂਦੇ। ਇਸੇ ਚੀਜ਼ 'ਚ ਅਸੀਂ ਟਾਈਮ ਟਪਾਈ ਜਾਂਦੇ ਹਾਂ। ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ, ਪਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਅਸੀਂ ਹਾਲੇ ਤੱਕ ਗਲੀਆਂ ਨਾਲੀ ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ, ਤਾਂ ਸਾਨੂੰ ਅਸੀਂ ਉੱਥੇ ਹੀ ਰਹਿ ਗਏ ਹਾਂ। ਲੋਕ ਕਹਿੰਦੇ ਨਾ ਅਸੀਂ, ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ, ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿਹਾ ਸਾਡੇ ਇੱਥੇ ਗੋਡੇ ਗੋਡੇ ਪਾਣੀ ਖੜ੍ਹਦਾ ਆ, ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੱਕ ਹੀ ਬੈਠੇ। ਪਿੰਡ ਦੇ ਮੱਲੇ ਵਾਲਿਆਂ ਨੇ ਸਾਰਾ ਕੱਟ ਕਰਕੇ ਆ, 25-30 ਸਾਲ ਹੋ ਗਏ ਸਾਡੀ ਗਲੀ ਨੂੰ, ਕੱਲੂ ਇਸ ਤਰ੍ਹਾਂ ਹੀ ਰਹਿੰਦੀ ਹੈ, ਹਰ ਵਕਤ ਇਸ ਤਰ੍ਹਾਂ ਰਹਿੰਦੀ ਹੈ। ਅਸੀਂ ਅੱਜ ਅੱਕ ਕੇ ਅਸੀਂ ਝੋਨਾ ਲਾਇਆ ਵੀ ਚੱਲ ਸਰਕਾਰ ਸਾਨੂੰ ਕੋਈ MP ਕੋਟੇ 'ਚ ਫੰਡ ਲਿਆ ਕੇ ਦੇਵੇ, ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ। ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆਹ ਲਓ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਅਤੇ ਅਸੀਂ ਪਾ ਕਰੀਏ ਵੇਚੀਏ, ਸੜਕ ਬਣਾਈਏ, ਸਾਡਾ ਹੱਲ ਕੀਤਾ ਜਾਵੇ। ਆਹ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ, ਸੜਕ ਤੋਂ ਵੀ ਕੋਈ ਨਿਕਾਸੀ ਹੈ ਨਹੀਂ ਗੀ, ਕੋਈ ਕੁਛ ਨਹੀਂ ਗਾ। ਇੱਥੇ ਬਹੁਤ ਬੁਰੇ ਹਾਲਾਤ ਹੈ ਸਾਡੇ ਪਿੰਡ ਦੇ, ਪੰਜਾਬੀ ਮੰਡਲ ਦੇ, ਸਾਰੀ ਫਿਰਨੀ ਹੈ, ਇਕੱਲੀ ਇੱਥੇ ਨਹੀਂ ਗਾ, ਇਹ ਤਾਂ ਅਸੀਂ ਅੱਕਦਿਆਂ ਨੇ ਕੀਤਾ, ਸਾਰੇ ਪਿੰਡ ਦੀ ਫਿਰਨੀ 'ਚ ਇਹ ਹਾਲਾਤ ਹੈ।